ਕੱਲ੍ਹ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚੋਂ। ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ, ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ। ਟੋਟਲ 6 ਮੋਟਰਸਾਈਕਲ ਜਿਹੜੇ ਆ ਰਿਕਵਰ ਕੀਤੇ ਨੇ ਔਰ ਇਹਨਾਂ ਨੂੰ ਆਪਾਂ 4 ਘੰਟੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ। ਇਹ ਸਾਡੇ ਕਤਵਾਲੀ ਜਿਹੜੇ SHO ਨੇ ਮਨਜੀਤ ਕੌਰ ਔਰ ਚੌਂਕੀ ਇੰਚਾਰਜ ਗਲਿਆਰਾ ਬਲਜਿੰਦਰ ਸਿੰਘ ਹੋਰਾਂ ਨੇ ਕੱਲ੍ਹ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚੋਂ, ਉਹ ਚੋਰ ਫੜੇ ਨੇ ਇਹਨਾਂ ਨੇ ਔਰ ਉਹ ਮੋਟਰਸਾਈਕਲ ਵੀ ਰਿਕਵਰ ਕੀਤਾ ਗਿਆ, ਉਸ ਤੋਂ ਇਲਾਵਾ 5 ਮੋਟਰਸਾਈਕਲ ਉਹਨਾਂ ਤੋਂ ਹੋਰ ਰਿਕਵਰ ਕੀਤੇ ਗਏ ਨੇ। ਟੋਟਲ 6 ਮੋਟਰਸਾਈਕਲ ਜਿਹੜੇ ਆ ਰਿਕਵਰ ਕੀਤੇ ਨੇ ਔਰ ਇਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਨੰਬਰ 53 ਜਿਹੜਾ ਵਾ 379411 ਦਾ ਜਿਹੜਾ ਦਰਜ ਕੀਤਾ ਗਿਆ। ਔਰ ਇਹ ਜਿਹੜੇ 2 ਚੋਰ ਨੇ, ਇੱਕ ਜਗਰਾਜ ਸਿੰਘ ਆ ਜੀ ਅਤੇ ਦੂਜਾ ਹੈਗਾ ਜੀ ਹਰਵਿੰਦਰ ਸਿੰਘ, ਅਜਨਾਲਾ ਸਾਈਡ ਦਾ ਰਹਿਣ ਵਾਲਾ ਇੱਕ ਜਣਾ ਅਤੇ ਇੱਕ ਜਣਾ ਜਿਹੜਾ ਹੈਗਾ ਜੀ ਗੁਮਟਾਲਾ ਸਾਈਡ ਦਾ ਰਹਿਣ ਵਾਲਾ। ਮੋਡਸ ਅਪਰੈਂਡੀ ਇੱਦਾਂ ਹੈ ਜੀ, ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਨੇ, ਇਹ ਵੀ ਜਿਹੜਾ ਪਲਵਿੰਦਰ ਸਿੰਘ ਨਾਂ ਦਾ ਜਿਹੜਾ ਢਪਈ ਦਾ ਰਹਿਣ ਵਾਲਾ ਸੀ, ਮੱਥਾ ਟੇਕਣ ਆਇਆ ਸੀ 71 ਗੇਟ ਦੇ ਬਾਹਰ, ਇਹਨੇ ਆਪਣਾ ਮੋਟਰਸਾਈਕਲ ਲਾਇਆ ਅੰਦਰ ਮੱਥਾ ਟੇਕਣ ਚਲਾ ਗਿਆ ਔਰ ਬਾਹਰ ਇਹਨਾਂ ਕੋਲ ਚਾਬੀਆਂ ਹੁੰਦੀਆਂ ਜੀ, ਡੁਪਲੀਕੇਟ ਚਾਬੀ ਲਾ ਕੇ ਅਤੇ ਮੋਟਰਸਾਈਕਲ ਉੱਥੋਂ ਚੋਰੀ ਕਰਕੇ ਲੈ ਗਏ ਸੀ ਜੀ। ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਹੀ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਲੰਗਰ ਹਾਲ ਵਾਲੀ ਜਿਹੜੀ ਏਰੀਆ ਉੱਧਰ। ਅਤੇ ਮੋਡਸ ਬ੍ਰਾਂਡੀ ਇਹਨਾਂ ਦੀ ਇਹੀ ਹੈ ਵੀ ਇਹ ਅਬੰਡਨ ਮੋਟਰਸਾਈਕਲ ਜਿਹੜਾ ਕੋਈ ਲੱਗਾ ਹੁੰਦਾ ਸੀ ਉਹ ਚਾਬੀ ਲਾਉਂਦੇ ਸੀ ਉਹਨੂੰ ਅਤੇ ਸਟਾਰਟ ਕਰਕੇ ਲੈ ਜਾਂਦੇ। ਸਾਰੇ ਮੋਟਰਸਾਈਕਲ ਇਹਨਾਂ ਨੇ ਉਸੇ ਏਰੀਆ 'ਚੋਂ ਚੋਰੀ ਕੀਤੇ? ਨਹੀਂ, ਇਹਦੇ ਵਿੱਚੋਂ ਇਹਨਾਂ ਨੇ ਇੱਕ ਤਾਂ ਮੋਟਰਸਾਈਕਲ ਦਰਬਾਰ ਸਾਹਿਬ ਦੇ ਏਰੀਏ 'ਚੋਂ ਜਿਹੜਾ ਚੋਰੀ ਕੀਤਾ, ਇਸ ਤੋਂ ਇਲਾਵਾ ਇਹਨਾਂ ਨੇ ਮਜੀਠਾ ਰੋਡ ਤੋਂ ਆਪਣੇ ਕਟੜਾ ਜੈਮਲ ਸਿੰਘ ਤੋਂ ਇਸ ਏਰੀਏ ਦੇ ਵਿੱਚੋਂ ਮੋਟਰਸਾਈਕਲ ਚੋਰੀ ਕੀਤੇ ਨੇ। ਟੋਟਲ ਇਹਨਾਂ ਨੇ ਇਸ ਤੋਂ ਪਹਿਲਾਂ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਸੀ ਅਤੇ ਬਰਾਮਦ ਕਿੰਨੇ ਹੋਏ ਨੇ? ਜਿਹੜੇ ਹੁਣ ਲੇਟੈਸਟ ਇਹਨਾਂ ਨੇ ਚੋਰੀ 6 ਚੋਰੀ ਕੀਤੇ ਸੀ, 6 ਬਰਾਮਦ ਕੀਤੇ ਨੇ। ਉਸ ਤੋਂ ਇਲਾਵਾ ਜਿਹੜਾ ਜਗਰਾਜ ਸਿੰਘ ਆ, ਇਹਦੇ ਖਿਲਾਫ਼ ਪਹਿਲਾਂ ਹੀ ਚੋਰੀ ਦੇ 5 ਮੁਕੱਦਮੇ ਦਰਜ ਹੈਗੇ ਆ ਜਿਹੜੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ ਨੇ। ਸਾਡੇ ਕਤਵਾਲੀ ਥਾਣੇ ਦਾ ਵੀ ਪਹਿਲਾਂ ਇੱਕ ਪਰਚਾ ਦਰਜ ਹੈਗਾ ਜਿਹਦੇ ਵਿੱਚ PO ਸੀ, ਇਹਨੂੰ ਪਹਿਲਾਂ ਹੀ ਅਰੈਸਟ ਪਾ ਕੇ ਆਪਾਂ ਜੇਲ੍ਹ ਭੇਜਿਆ ਸੀ, ਬੇਲ ਆਊਟ ਹੋ ਕੇ ਬਾਹਰ ਆਇਆ ਸੀ। ਹਾਂਜੀ, ਇਹ ਹੁਣ ਗਾਂ ਇਨਵੈਸਟੀਗੇਸ਼ਨ ਗਾਂ ਫਰਦਰ ਚੱਲ ਰਹੀ ਹੈ ਜੀ, ਇਹਨਾਂ ਨੂੰ ਆਪਾਂ ਪੇਸ਼ ਕਰਾਂਗੇ ਅੱਜ ਰਿਮਾਂਡ ਲੈ ਕੇ, ਫਿਰ ਇਹਦੇ ਦੇਖਦੇ ਹਾਂ ਵੀ ਕਿਹੜੇ ਕਬਾੜੀ ਨੂੰ ਜਾਂ ਕਿਹਨੂੰ ਇਹ ਗਾਂ ਫਰਦਰ ਵੇਚਦੇ ਸੀ ਉਹਨਾਂ ਨੂੰ ਵਿੱਚ ਨਾਮਜ਼ਦ ਕੀਤਾ ਗਿਆ। ਏਜ ਇੱਕ ਦੀ ਤਾਂ ਹੈਗੀ ਹੈ 30-35 ਸਾਲ ਜੀ, ਦੂਜਾ ਹੈਗਾ 25 ਸਾਲ ਦਾ। ਨਸ਼ਾ ਐਜ਼ ਇਟ ਇਜ਼ ਅਜੇ ਤਾਂ ਕੋਈ ਨਹੀਂ ਸਾਹਮਣੇ ਆਈ ਗੱਲ ਜੀ, ਫਿਰ ਵੀ ਫਰਦਰ ਦੇਖਾਂਗੇ ਜੇ ਇਹਨਾਂ ਤੋਂ ਗਾਂ ਫਰਦਰ ਜਿਹੜੀ ਪੁੱਛਗਿੱਛ 'ਚ ਕੋਈ ਸਾਹਮਣੇ ਆਉਂਦਾ ਤਾਂ। ਹਾਂਜੀ ਬਿਲਕੁਲ ਜੀ, ਬਿਲਕੁਲ ਰਿਕਵਰੀ ਹੋਰ ਹੋਏ, ਉਹ ਵੀ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੀ। ਪਹਿਲਾਂ ਇਹਨਾਂ ਦੇ ਪਰਚੇ ਦਰਜ ਹੈਗੇ ਵੀ ਆ ਔਰ ਆਲਰੇਡੀ ਜਿਹੜੇ ਆ ਕ੍ਰਿਮੀਨਲ ਮਾਈਂਡਡ ਬੰਦੇ ਹੈਗੇ ਆ, ਅਤੇ ਜਿਹੜੇ ਮਾਨਯੋਗ ਕਮਿਸ਼ਨਰ ਸਾਹਿਬ ਔਰ ਸਾਡੇ ADSP 1 ਸਾਹਿਬ ਦੀਆਂ ਜਿਹੜੀਆਂ ਇੰਸਟਰਕਸ਼ਨਾਂ ਨੇ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਨੂੰ ਜਿਹੜੀ ਸਾਡੀ ਸਪੈਸ਼ਲ ਕੰਪੇਨ ਚੱਲ ਰਹੀ ਆ ਇਲੈਕਸ਼ਨ ਦੇ ਦੌਰਾਨ, ਉਹਦੇ ਤਹਿਤ ਇਹਨਾਂ ਨੂੰ ਆਪਾਂ ਅਰੈਸਟ ਕੀਤਾ ਆ ਔਰ ਫਰਦਰ ਵੀ ਇਹਨਾਂ ਕੋਈ ਨਾ ਕੋਈ ਰਿਕਵਰੀ ਜ਼ਰੂਰ ਹੋਏਗੀ। 4 ਘੰਟੇ ਦੇ ਵਿੱਚ ਤੁਸੀਂ ਇਹਨਾਂ ਨੂੰ ਅਰੈਸਟ ਕੀਤਾ ਵਾ, ਸਰ ਕਿਸ ਤਰ੍ਹਾਂ ਦੇਖਦੇ ਪੁਲਿਸ ਦੀ ਕਾਰਗੁਜ਼ਾਰੀ ਹੈ ਜਿਹੜੀ? ਬਹੁਤ ਵਧੀਆ ਜੀ, ਸਾਡੇ ਚੌਂਕੀ ਇੰਚਾਰਜ ਜਿਹੜੇ ਸਾਡੇ ਹੈਗੇ ਆ ਗਲਿਆਰਾ, ਇਹਨਾਂ ਨੇ ਵੀ ਵਧੀਆ ਕੰਮ ਕੀਤਾ, ਮੈਡਮ ਮਨਜੀਤ ਸਾਡੇ SHO ਸਾਹਿਬ ਨੇ ਵੀ ਵਧੀਆ ਕੰਮ ਕੀਤਾ ਇਹਦੇ ਵਿੱਚ ਔਰ ਇਹਨਾਂ ਨੂੰ ਆਪਾਂ 4 ਘੰਟੇ ਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ। ਸਰ ਕਿਤੇ ਨਾ ਕਿਤੇ CCTV ਮਦਦਗਾਰ ਹੁੰਦੇ ਆ ਜੀ ਇਹਨਾਂ ਇਹੋ ਜਿਹੀਆਂ ਟਰੇਸ ਕਰਨ ਵਾਸਤੇ? ਬਿਲਕੁਲ, ਦਰਬਾਰ ਸਾਹਿਬ ਦੇ ਏਰੀਏ ਦੇ ਵਿੱਚ ਆਲੇ ਦੁਆਲੇ ਕਾਫੀ CCTV ਕੈਮਰੇ ਵੀ ਹੈਗੇ ਔਰ ਅਸੀਂ ਉਹਨਾਂ ਦੀ ਮਦਦ ਵੀ ਲੈਂਦੇ ਹਾਂ। ਇਹਦੇ ਵਿੱਚ ਵੀ ਟੈਕਨੀਕਲੀ ਜਿਹੜਾ ਵਾ ਉਹ ਮਦਦ ਲਈ ਗਈ ਸੀ CCTV ਕੈਮਰਿਆਂ ਦੀ, ਤਾਂ ਇਹ ਕਾਬੂ ਆਏ ਨੇ। ਸਰ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਵਾ, ਮੋਸਟਲੀ ਜਿਹੜੇ ਚੋਰ ਨੇ ਇਹਨਾਂ ਹੀ ਏਰੀਆ ਨੂੰ ਟਾਰਗੇਟ ਕਰਦੇ ਨੇ, ਕੀ ਲੱਗਦਾ ਨਹੀਂ ਵੀ ਇੱਥੇ ਜਿਹੜੀ ਪੁਲਿਸ ਥੋੜ੍ਹੀ ਜਿਹੀ ਵਧਾਈ ਜਾਣੀ ਚਾਹੀਦੀ ਹੈ? ਨਹੀਂ, ਸਾਡੇ ਦੇਖੋ ਇਹ ਸਾਡੇ ਫਰਦਰ ਜਿਹੜਾ ਪ੍ਰੈਸ ਨੋਟ ਦਾ ਇੱਕ ਗਾਂ ਹਿੱਸਾ ਹੈਗਾ, ਵਾਕਈ ਚੋਰੀਆਂ ਇੱਥੇ ਹੁੰਦੀਆਂ ਨੇ ਬਟ ਆਪਾਂ ਰਿਕਵਰ ਵੀ ਬਹੁਤ ਕੀਤੀਆਂ ਨੇ। ਸਾਡੇ ਪਿਛਲੇ ਅਰਸੇ ਦੌਰਾਨ ਜਿਹੜੇ ਮੈਡਮ ਮਨਜੀਤ ਜਦੋਂ ਦੇ SHO ਲੱਗੇ ਨੇ ਜਾਂ ਬਲਜਿੰਦਰ ਲੱਗੇ ਨੇ ਚੌਂਕੀ ਇੰਚਾਰਜ, ਅਸੀਂ ਪਿਛਲੇ ਅਰਸੇ ਦੌਰਾਨ 25 ਮੋਟਰਸਾਈਕਲ ਹੋਰ ਰਿਕਵਰ ਕੀਤੇ ਨੇ। ਇਸ ਤੋਂ ਇਲਾਵਾ
ਔਰ 27 ਮੋਬਾਈਲ ਰਿਕਵਰ ਕੀਤੇ ਚੋਰੀ ਦੇ। 25 ਮੋਬਾਈਲ ਇਹੋ ਜਿਹੇ ਨੇ ਜਿਹੜੇ ਆਪਾਂ ਰਿਕਵਰ ਕੀਤੇ, ਜਿਹੜੇ ਮਿਸ ਹੋਏ ਸੀ ਆਪਣੇ ਸ਼ਰਧਾਲੂਆਂ ਦੇ, ਔਰ ਉਹਨਾਂ ਨੂੰ ਆਪਾਂ ਵਾਪਸ ਕੀਤੇ ਨੇ। 27 ਰਿਕਵਰ ਚੋਰੀ ਦੇ ਕੀਤੇ, 25 ਆਪਾਂ ਉਹਨਾਂ ਨੂੰ ਰਿਟਰਨ ਵੀ ਕੀਤੇ। ਉਸ ਤੋਂ ਇਲਾਵਾ ਜਿਹੜੇ ਲੋਕ ਨੇ ਸਰ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਹੀ ਕਿਤੇ ਨਾ ਕਿਤੇ ਮੋਟਰਸਾਈਕਲ ਸਟੈਂਡ 'ਤੇ ਨਹੀਂ ਲਗਾਉਂਦੇ ਜਾਂ ਉਸ ਤਰ੍ਹਾਂ ਹੀ ਖੜੇ ਕਰਕੇ ਚਲੇ ਜਾਂਦੇ ਨੇ ਮੱਥਾ ਟੇਕਣ? ਉਹਦੇ ਵਿੱਚ ਅਸੀਂ ਤਾਂ ਇਹੀ ਕਹਾਂਗੇ ਵੀ ਜਦੋਂ ਵੀ ਮੱਥਾ ਟੇਕਣ ਆਉਂਦੇ ਹਾਂ, ਉੱਥੇ ਆਥੋਰਾਈਜ਼ ਪਾਰਕਿੰਗ ਬਣੀਆਂ ਹੋਈਆਂ ਨੇ, ਜਿੱਦਾਂ ਸਾਰਾਗੜੀ ਪਾਰਕਿੰਗ ਆ ਜਾਂ ਦਰਬਾਰ ਸਾਹਿਬ ਦੇ ਨੇੜੇ ਜਿਹੜੀਆਂ ਪਾਰਕਿੰਗ ਆ, ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਵਗੈਰਾ ਲਾ ਕੇ ਜਾਣ, ਕੋਈ ਵੀ ਗੱਡੀ ਜਿਹੜੀ ਆ ਵਹੀਕਲ ਆਪਣਾ ਅਬੰਡਨ ਨਾ ਛੱਡ ਕੇ ਜਾਣ, ਪ੍ਰੋਪਰ ਪਾਰਕਿੰਗ 'ਚ ਲਾਉਣ, ਤਾਂ ਜੋ ਉਹਨਾਂ ਦੇ ਮੋਟਰਸਾਈਕਲ ਜਾਂ ਵਹੀਕਲ ਸੇਫ ਰਹਿ ਸਕਣ। ਠੀਕ ਹੈ ਸਰ।